ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਰਵੀ ਓਮ ਗਲੋਬਲ ਅੰਮ੍ਰਿਤਸਰ ਬ੍ਰਾਂਚ ਤੋਂ ਇਸ ਵੀਡੀਓ ਮਾਧਿਅਮ ਰਾਹੀਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਕੁਝ ਮੋਸਟ ਅਵੇਟਡ ਰੀਜ਼ਨਸ ਜੋ ਮੇਰੇ ਲਈ ਸੀਗੇ ਉਹ ਲੈ ਕੇ, ਜੋ ਮੈਨੂੰ ਅੱਜ 3 PPR ਰਿਸੀਵਡ ਹੋਈਆਂ ਨੇ ਇਹਨਾਂ ਦੀ ਪ੍ਰੋਫਾਈਲ ਡਿਸਕਸ ਕਰਨ ਬਾਰੇ। ਪ੍ਰੋਫਾਈਲ ਡਿਸਕਸ ਕਰਨ ਦਾ ਮਤਲਬ, ਕਿਉਂਕਿ ਆਲਰੇਡੀ ਇਹਨਾਂ 'ਚੋਂ ਇੱਕ ਲੜਕੀ ਐਸੀ ਹੈ ਜਿਹੜੀ ਕਿ ਪਹਿਲਾਂ 4 ਵਾਰੀ ਰਿਫਿਊਜ਼ ਹੋ ਚੁੱਕੀ ਹੈ, ਰਿਫਿਊਜ਼ ਵੱਖ ਵੱਖ ਏਜੰਟਾਂ ਤੋਂ ਹੋਈ। ਏਜੰਟਾਂ ਨੇ ਇਹਨਾਂ ਦੀ ਪ੍ਰੋਫਾਈਲ ਨੂੰ ਖਰਾਬ ਕੀਤਾ ਗਿਆ, ਪਲੱਸ ਬੱਚੇ ਦੀ ਪੈਸੇ ਨੂੰ ਅਤੇ ਸਮੇਂ ਨੂੰ ਖਰਾਬ ਕੀਤਾ ਗਿਆ। ਬੱਚੇ ਦੀ ਪ੍ਰੋਫਾਈਲ ਨੂੰ ਸਮਝਦੇ ਹਾਂ, ਬੱਚੇ ਦੀ ਸਟੱਡੀ ਮੈਡੀਕਲ ਸਟ੍ਰੀਮ ਪਲੱਸ 2020-21 'ਚ ਸੀਗੀ। ਬੈਂਡ ਸਕੋਰ ਦੀ ਗੱਲ ਕਰੀਏ ਤਾਂ 6.5 ਓਵਰਆਲ, 9.6। ਇਸ ਬੱਚੇ ਨੂੰ ਸਟੱਡੀ ਆਰਟਸ ਦੀ ਲੈ ਕੇ ਦਿੱਤੀ ਗਈ ਜੋ ਕਿ ਟੋਟਲੀ ਇਰਰਿਲੇਵੈਂਟ ਹੈ। ਫਿਰ ਇਸ ਤੋਂ ਬਾਅਦ ਬੱਚੇ ਨੂੰ ਸੈਕਿੰਡ ਟਾਈਮ ਬਿਜ਼ਨਸ ਦੀ ਸਟੱਡੀ ਲੈ ਕੇ ਦਿੱਤੀ ਗਈ। ਮੈਂ ਇੱਕ ਚੀਜ਼ ਸੋਚ ਰਿਹਾ ਸੀਗਾ ਕਿ ਪਤਾ ਨਹੀਂ ਸ਼ਾਇਦ ਉਸ ਏਜੰਟ ਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਪ੍ਰੋਫਾਈਲ ਦੇ ਉੱਤੇ ਕਿੱਦਾਂ ਵਰਕ ਕਰਨਾ ਹੈ, ਜਾਂ ਇਸ ਬੱਚੇ ਨੂੰ ਪ੍ਰੋਪਰ ਸਮਝ ਨਹੀਂ ਸੀਗੀ ਕਿ ਇਸ ਮੇਰੀ ਪ੍ਰੋਫਾਈਲ ਦੇ ਉੱਤੇ ਜਾਂ ਮੇਰੀ ਸਟੱਡੀ ਕੀ ਰੈਲੀਵੈਂਟ ਹੈ। ਜਿੱਦਾਂ ਜਿੱਦਾਂ ਏਜੰਟ ਬੱਚੇ ਨੂੰ ਕਹਿੰਦਾ ਗਿਆ, ਬੱਚਾ ਵੀ ਉੱਦਾਂ ਉੱਦਾਂ ਹੀ ਕਰਦਾ ਗਿਆ। ਬੱਚੇ ਨੇ ਆਪਣੀ ਪ੍ਰੋਫਾਈਲ ਨੂੰ ਨਹੀਂ ਸਮਝਿਆ ਅਤੇ ਏਜੰਟ ਦੀ ਹਾਂ ਦੇ ਵਿੱਚ ਹਾਂ ਮਿਲਾਈ ਅਤੇ ਉਹਦਾ ਨਤੀਜਾ ਤੁਹਾਡੇ ਸਾਹਮਣੇ ਹੀ ਹੈ। ਬੱਚੇ ਨੇ ਆਲਰੇਡੀ 4 ਰਿਫਿਊਜ਼ਲ ਲੈ ਲਿੱਤੀਆਂ ਅਤੇ ਇਸ ਤੋਂ ਬਾਅਦ ਜਦੋਂ ਬੱਚਾ ਮੇਰੇ ਕੋਲ ਆਇਆ, ਜਦੋਂ ਮੇਰੀ ਉਹਦੇ ਨਾਲ ਗੱਲਬਾਤ ਹੋਈ ਤਾਂ ਬੱਚਾ ਟੋਟਲੀ ਨਿਰਾਸ਼ ਸੀਗਾ। ਸਮਾਂ ਅਤੇ ਪੈਸਾ ਖਰਾਬ ਕਰਨ ਤੋਂ ਬਾਅਦ ਵੀ ਉਹ ਡਰ ਰਿਹਾ ਸੀਗਾ ਕਿ ਮੈਂ 5ਵੀਂ ਵਾਰੀ ਫਾਈਲ ਕਰਾਂ ਜਾਂ ਨਾ ਕਰਾਂ। ਬਟ ਜਦੋਂ ਇਹ ਮੋਸਟ ਅਵੇਟਡ ਵੀਜ਼ਾ ਦੀ PPR ਜਦੋਂ ਮੇਰੇ ਸਾਹਮਣੇ ਆਈ ਤਾਂ ਮੈਂ ਵੀ ਖੁਸ਼ ਸੀਗਾ। ਮੈਂ ਫਿਲਹਾਲ ਬੱਚੇ ਨਾਲ ਕੋਈ ਗੱਲ ਨਹੀਂ ਕੀਤੀ ਇਸ ਬਾਰੇ। ਬੱਚੇ ਨੂੰ ਅੱਜ ਕੋਲ ਕਰਾਂਗੇ, ਦੇਖਦੇ ਹਾਂ। ਇਸ ਤੋਂ ਇਲਾਵਾ ਇੱਕ ਮੇਰੇ ਕੋਲ ਹੋਰ ਕੇਸ ਹੈ ਜੋ ਕਿ ਇੱਕ ਹਸਬੈਂਡ ਵਾਈਫ ਦਾ। ਸੇਮ ਇਸੇ ਤਰ੍ਹਾਂ ਹੀ ਇਹ ਆਲਰੇਡੀ 2 ਰਿਫਿਊਜ਼ ਸੀਗੇ। ਸਿੰਗਲ ਸਿੰਗਲ ਫਾਈਲ ਲਗਾਈ ਗਈ, ਠੀਕ ਹੈ। ਇੱਕ ਟਾਈਮ 'ਤੇ ਸਿੰਗਲ ਸਿੰਗਲ ਫਾਈਲ ਲੱਗੀ, ਇੱਕ ਟਾਈਮ 'ਤੇ ਬੱਚੇ ਨੂੰ ਟੂਰਿਸਟ ਵੀਜ਼ਾ ਲਈ ਵੀ ਅਪਲਾਈ ਕੀਤਾ ਗਿਆ, ਜੋ ਕਿ ਬੱਚਾ ਸਟੱਡੀ ਲਈ ਪ੍ਰੋਪਰ ਐਲੀਜੀਬਲ ਸੀਗਾ, ਵਿਦ ਸਪਾਊਸ ਜਾਣ ਲਈ ਐਲੀਜੀਬਲ ਸੀਗਾ, ਬਟ ਉਹਦੀ ਪ੍ਰੋਫਾਈਲ ਨੂੰ ਵੀ ਖਰਾਬ ਕੀਤਾ ਗਿਆ। ਮੈਂ ਇਸ ਵੀਡੀਓ ਮਾਧਿਅਮ ਰਾਹੀਂ ਸਾਰੇ ਹੀ ਬੱਚਿਆਂ ਨੂੰ ਇਹ ਚੀਜ਼ ਕਹਿਣਾ ਚਾਹਾਂਗਾ ਕਿ ਆਪਣੀ ਪ੍ਰੋਫਾਈਲ ਨੂੰ ਖਰਾਬ ਨਾ ਕਰੋ। ਇੱਕ ਵਾਰੀ ਓਮ ਗਲੋਬਲ ਦੀ ਕਿਸੇ ਵੀ ਨਜ਼ਦੀਕੀ ਬ੍ਰਾਂਚ ਵਿੱਚ ਜਾ ਕੇ ਆਪਣੀ ਪ੍ਰੋਫਾਈਲ ਡਿਸਕਸ ਕਰੋ ਐਂਡ ਪ੍ਰੋਫਾਈਲ ਦੀ ਅਸੈਸਮੈਂਟ ਕਰਵਾਓ, ਉਸ ਤੋਂ ਬਾਅਦ ਹੀ ਅਪਲਾਈ ਕਰੋ। ਇਵੇਂ ਹੀ ਆਪਣੀ ਪ੍ਰੋਫਾਈਲਾਂ ਨੂੰ ਖਰਾਬ ਨਾ ਕਰੋ। ਖਰਾਬ ਕਰਨ ਤੋਂ ਬਾਅਦ ਜਦੋਂ ਤੁਸੀਂ ਵੀਜ਼ਾ ਰਿਫਿਊਜ਼ ਕਰਵਾ ਲੈਂਦੇ, ਉਸ ਤੋਂ ਬਾਅਦ ਜਦੋਂ ਅਸੀਂ ਸਾਡੇ ਕੋਲ ਵਿਜ਼ਿਟ ਕਰਦੇ ਹੋ, ਅਸੀਂ ਵੀ ਉਸ ਚੀਜ਼ ਨੂੰ ਥੋੜ੍ਹਾ ਟਾਈਮ ਲੈ ਕੇ ਹੀ ਕਰਦੇ ਹਾਂ। ਪ੍ਰੋਫਾਈਲ ਖਰਾਬ ਕਰਨ ਤੋਂ ਪਹਿਲਾਂ ਇੱਕ ਵਾਰੀ ਓਨਰੇਬਲ ਅੰਮ੍ਰਿਤਸਰ ਬ੍ਰਾਂਚ ਜਾਂ ਕਿਸੇ ਵੀ ਨਜ਼ਦੀਕੀ ਬ੍ਰਾਂਚ ਵਿਜ਼ਿਟ ਕਰੋ ਜਾਂ ਕੋਲ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰੋ। ਧੰਨਵਾਦ।